ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਦੋਂ ਗੱਲ ਕੈਨੇਡਾ ਦੇ ਕਿਸੇ ਵੀ ਕੈਟਾਗਰੀ ਨਾਲ ਸੰਬੰਧਿਤ ਕੇਸ ਦੀ ਆਊਗੀ ਨਾ ਤਾਂ ਮੈਕਰੋ ਗਲੋਬਲ ਦਾ ਨਾਂ ਪਹਿਲੇ ਨੰਬਰ ਤੇ ਲਿਆ ਜਾਂਦਾ। ਉਹਦੇ ਪਿੱਛੇ ਕਾਰਨ ਆ ਰਿਜ਼ਲਟਸ, ਲੱਖਾਂ ਦੀ ਤਦਾਦ ਦੇ ਵਿੱਚ ਸਟੂਡੈਂਟ ਵੀਜ਼ਾ, ਓਪਨ ਵਰਕ ਪਰਮਿਟ, ਕਈ ਹਜ਼ਾਰ ਸਪਾਊਸ ਓਪਨ ਵਰਕ ਪਰਮਿਟ ਸਾਡੇ ਤੋਂ ਵੀਜ਼ਾ ਲੈ ਕੇ ਕੈਨੇਡਾ ਚਲਿਆ ਗਿਆ, ਉਹਨਾਂ ਦੇ ਬੱਚੇ ਵਿਜ਼ਟਰ ਵੀਜ਼ਾ ਤੇ ਗਏ, ਪੇਰੈਂਟਸ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਦੇ ਉੱਤੇ। ਦੋਸਤੋ ਅੱਜ ਜਿਹੜੀ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਨੀ ਆ ਨਾ ਉਹ ਮੈਂ ਉਹਨਾਂ ਕੈਂਡੀਡੇਟਸ ਵਾਸਤੇ ਕਰਨੀ ਆ ਕਿਉਂਕਿ ਇਸ ਵਕਤ ਜਿਹੜਾ ਹੁਣ ਮੇਰੇ ਕੋਲ ਰੁਝਾਨ ਚੱਲ ਰਿਹਾ ਉਹਦੇ ਵਿੱਚ ਮੈਕਸੀਮਮ ਕੇਸ ਜਿਹੜੇ ਰਜਿਸਟਰਡ ਹੋ ਰਹੇ ਆ ਉਹ ਸਟੂਡੈਂਟ ਪਲੱਸ ਸਪਾਊਸ ਹੋ ਰਿਹਾ, ਯਾਨੀ ਕਿ ਸਟੂਡੈਂਟ ਦਾ ਸਟੂਡੈਂਟ ਵੀਜ਼ਾ ਨਾਲ ਇੱਕ ਸਪਾਊਸ ਦਾ ਓਪਨ ਵਰਕ ਪਰਮਿਟ ਇਕੱਠਿਆਂ ਨੇ ਜਿਨ੍ਹਾਂ ਨੇ ਕੈਨੇਡਾ ਮੂਵ ਹੋਣਾ। ਦੋਸਤੋ ਆਪਾਂ ਜਿਹੜੇ ਫੰਡ ਰਿਕੁਆਇਰਮੈਂਟ ਆ ਨਾ ਸ਼ੋ ਕਰਨ ਦੀ ਰਿਕੁਆਇਰਮੈਂਟ ਆ ਉਹ ਥੋੜ੍ਹੀ ਜਿਹੀ ਚੇਂਜ ਹੋਣੀ ਆ ਇੱਥੇ, ਯਾਨੀ ਕਿ ਜੇ ਤੁਸੀਂ ਆਪਦੇ ਸਪਾਊਸ ਨੂੰ ਕੈਨੇਡਾ ਭੇਜ ਰਹੇ ਹੋ ਤਾਂ ਤੁਹਾਡੇ ਲਈ ਜਿਹੜਾ ਜੀ ਆਈ ਸੀ ਜਾਣਾ ਉਹ $20,635 ਜਾਣੇ ਆ। ਜੇ ਤੁਸੀਂ ਸਪਾਊਸ ਤੇ ਤੁਹਾਡਾ ਸਟੂਡੈਂਟ ਵੀਜ਼ਾ ਪਲੱਸ ਸਪਾਊਸ ਓਪਨ ਵਰਕ ਪਰਮਿਟ ਇਕੱਠੇ ਕੇਸ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ ਜਿਹੜਾ ਫੰਡਸ ਦਾ ਇੰਤਜ਼ਾਮ, ਤੁਹਾਡੇ ਕੋਲ ਜੋ ਤੁਸੀਂ ਪੈਸੇ ਸ਼ੋ ਕਰਨੇ ਨੇ ਉਹ ਤੁਹਾਡੇ 25,690 ਨੇ। ਇਸੇ ਤਰੀਕੇ ਨਾਲ ਜਿਵੇਂ ਜਿਵੇਂ ਫੈਮਿਲੀ ਦਾ ਸਾਈਜ਼ ਵੱਧਦਾ ਜਾਊਗਾ ਉਵੇਂ ਉਵੇਂ ਜਿਹੜੀ ਫੰਡਸ ਦੀ ਰਿਕੁਆਇਰਮੈਂਟ ਆ ਉਹ $5,000 ਐਡ ਆਨ ਹੁੰਦੀ ਜਾਊਗੀ ਹਰੇਕ ਇੱਕ ਫੈਮਿਲੀ ਮੈਂਬਰ ਵਧਣ ਦੇ ਨਾਲ। ਸੋ ਦੋਸਤੋ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ